जे तुसी ने भी किसी ने भी पेंट कराउण आउणा होवे तां तुसी इस शॉप दा मैं डिस्क्रिप्शन बॉक्स दे विच दे दूंगा ते तुसी आके देख सकदे हो। तुसी आ देखो वी टैंकियां किवें पईयां नेगियां, पेंट होणियां होईयां नेगियां। इह पेंट दा कम्म तुसी ने देखिया कि पेंट दा कम्म फर्स्ट क्लास एक नंबर हैगा। जे तुसी कराउण आउणा चाहुंदे हो कंटैक्ट नंबर दित्ता गया, उत्थे जाके तुसी कॉल करके आ सकदे हो। कि 5 या 6 दिनों दे विच तुहानूं मोटर हैल प्रॉपर तैयार मिलेगा। कलर च कोई भी कलर कराउणा होवे, किसी भी तरह की टैंकी वगैरह तैयार कराउणी होवे, कोई भी डेंटिंग पेंटिंग का कम्म कराउणा होवे ਤਾਂ ਤੁਸੀਂ ਇੱਕ ਵਾਰ ਕਾਲ ਕਰਕੇ ਜ਼ਰੂਰ ਆ ਸਕਦੇ ਹੋ। ਹਾਂਜੀ ਫਰੈਂਡਸ, ਤਾਂ ਵੈਲਕਮ ਟੂ ਮਾਈ ਯੂਟਿਊਬ ਚੈਨਲ ਲੱਕੀ ਮਰਾੜੂ। ਇਸ ਚੈਨਲ 'ਤੇ ਤੁਹਾਨੂੰ ਅੱਜ ਐਕਟਿਵਾ 3G ਬਾਰੇ ਆਪਾਂ ਦੱਸਦੇ ਹਾਂ। ਐਕਟਿਵਾ 3G ਸਕੂਟੀ ਆ ਜਿਸਦਾ ਐਕਸੀਡੈਂਟ ਹੋ ਚੁੱਕਿਆ, ਇਸਦੀ ਇੱਕ ਫਲਿੱਪ ਟੁੱਟ ਚੁੱਕੀ ਆ ਅਤੇ ਕਿਸਦੇ ਨਾ ਤੁਸੀਂ ਦੇਖ ਸਕਦੇ ਹੋ। ਇਸ ਦੇ ਵਿੱਚ ਜਿਸ ਤਰ੍ਹਾਂ ਥੰਬਨੇਲ ਦੇ ਵਿੱਚ ਦੇਖਿਆ ਤੁਸੀਂ ਨੇ, ਆਹ ਵਾਲਾ ਡੈਂਟ ਆ ਚੁੱਕਿਆ ਹੈਗਾ, ਆਹ ਤੁਸੀਂ ਦੇਖ ਸਕਦੇ ਹੋ ਡੈਂਟ। ਆਪਾਂ ਇਹ ਵਾਲੀ ਫਲਿੱਪ ਨੂੰ ਖੋਲ ਦੇਵਾਂਗੇ ਅਤੇ ਇਸਦੀ ਆ ਬੈਕ ਫਲਿੱਪ ਨੂੰ ਵੀ ਖੋਲ ਲੈਂਦੇ ਹਾਂ। ਬੈਕ ਫਲਿੱਪ ਨੂੰ ਖੋਲ ਕੇ ਇਹ ਆਪਾਂ ਨਿਊ ਇੰਸਟਾਲ ਕਰਾਂਗੇ ਐਂਡ ਆਹ ਵਾਲੀ ਫਲਿੱਪ ਆ ਗਈ ਜੋ ਇਸ ਦੇ ਆਪਾਂ ਪੇਂਟਰ ਦੇ ਕੋਲ ਲੈ ਕੇ ਚੱਲਦੇ ਹਾਂ। ਦੇਖਦੇ ਹਾਂ ਵੀ ਪੇਂਟਰ ਇਸਦਾ ਕੁਛ ਕਰ ਪਾਉਂਦਾ ਜਾਂ ਨਹੀਂ, ਅਤੇ ਆਪਾਂ ਨੂੰ ਦੱਸੂਗਾ ਉਹ ਵੀ ਇਹ ਪ੍ਰੋਪਰ ਸੈਟਿੰਗ ਹੋ ਜੂਗੀ ਜਾਂ ਨਹੀਂ। ਜੇ ਇਹ ਸੈਟਿੰਗ ਹੁੰਦੀ ਹੋਈ ਤਾਂ ਆਪਾਂ ਇਸਦੀ ਆਪਾਂ ਸੈਟਿੰਗ ਕਰਾ ਲਿਆਵਾਂਗੇ। ਜੇ ਆਪਾਂ ਨੂੰ ਸੈਟਿੰਗ 'ਚ ਨਾ ਆਉਂਦੀ ਹੋਈ ਫਿਰ ਆਪਾਂ ਇਸਦਾ ਆਪਾਂ ਨਵੀਂ ਦਾ ਜਗਾੜਮੈਂਟ ਕਰਾਂਗੇ ਵੀ ਨਵੀਂ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਇਸਦਾ ਨਾ ਆਹ ਤੁਸੀਂ ਦੇਖ ਸਕਦੇ ਹੋ ਮਰਗਾੜ, ਮਰਗਾੜ ਵੀ ਥੋੜ੍ਹਾ ਜਿਹਾ ਹੋ ਚੁੱਕਿਆ ਹੈਗਾ, ਮਰਗਾੜ ਨੂੰ ਵੀ ਡੈਂਟ ਵਗੈਰਾ ਪੈ ਚੁੱਕਿਆ ਹੈਗਾ, ਮਰਗਾੜ ਜਮ੍ਹਾਂ ਚੱਕੇ ਦੇ ਨਾਲ ਲੱਗ ਚੁੱਕਿਆ ਹੈਗਾ। ਅਤੇ ਉਸ ਤੋਂ ਬਾਅਦ ਆਪਣੇ ਜੋ ਇਹਦੀ ਅਸੈਸਰੀ ਆਉਂਦੀ ਹੈ, ਅਸੈਸਰੀ ਦੀ ਵੀ ਇੱਥੇ 2 ਪੱਤੀਆਂ ਲੱਗੀਆਂ ਹੁੰਦੀਆਂ ਨੇ, ਉਹ ਟੁੱਟ ਚੁੱਕੀਆਂ ਨੇਗੀਆਂ। ਆਪਾਂ ਅਸੈਸਰੀ ਦਾ ਵੀ ਇਲਾਜ ਕਰਾਂਗੇ ਅਤੇ ਆਪਾਂ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਆਪਾਂ ਫਲਿੱਪ ਆਹ ਖੋਲ੍ਹ ਲੈਂਦੇ ਹਾਂ, ਮਤਲਬ ਦੋਨਾਂ ਦੇ ਸਾਈਡ ਕਵਰ ਆ ਵੀ ਸਾਈਡ ਕਵਰ ਖੋਲ੍ਹ ਲੈਂਦੇ, ਪਰਲਾ ਸਾਈਡ ਕਵਰ ਵੀ ਖੋਲ੍ਹ ਲੈਂਦੇ ਹਾਂ। ਅਤੇ ਫਿਲਹਾਲ ਇਹ ਆਪਣੇ ਕੋਲ ਸਟਾਰਟ ਹੋ ਗਿਆ ਹੀ ਹੈ। ਐਕਸੀਡੈਂਟ 'ਚ ਕੋਈ ਬੰਦੇ ਦਾ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ। ਅਤੇ ਚਲੋ ਆਪਾਂ ਇਸਨੂੰ ਆਪਾਂ ਖੋਲ੍ਹ ਲੈਂਦੇ ਹਾਂ, ਖੋਲ੍ਹਣ ਤੋਂ ਬਾਅਦ ਦਿਖਾਉਂਦੇ ਹਾਂ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਡਿਟੇਲ ਦੇ ਨਾਲ। ਆਪਾਂ ਇਸਦੇ ਆਹ ਜੋ ਇਸਦਾ ਮਤਲਬ ਸਾਈਡ ਵਾਲੇ ਕਵਰ ਆ ਰਿਹਾ ਹੈਗਾ ਅਤੇ ਇਹਦਾ ਬੈਕ ਵਾਲੀ ਫਲਿੱਪ ਆ, ਇਸਨੂੰ ਆਪਾਂ ਨਿਊ ਇੰਸਟਾਲ ਕਰਾਂਗੇ ਅਤੇ ਇਸਨੂੰ ਆਪਾਂ ਪ੍ਰਿੰਟਰ ਕੋਲ ਲਿਜਾ ਕੇ ਦੇਖਦੇ ਹਾਂ ਪ੍ਰਿੰਟਰ ਕੀ ਕਹਿੰਦਾ ਹੈਗਾ। ਚਲੋ ਆਪਾਂ ਖੋਲ੍ਹਦੇ ਹਾਂ, ਖੋਲ੍ਹ ਦਿਖਾਉਂਦੇ ਤੁਹਾਨੂੰ ਵੀਡੀਓ ਦੇ ਵਿੱਚ। ਇਸਨੂੰ ਖੋਲ੍ਹਣ ਦੇ ਲਈ ਆਪਾਂ ਇੱਕ ਪੇਚਕਸ, ਇੱਕ ਦਸਤੀ ਕੋਟੀ, ਇਹ ਦੋਨੋਂ ਚੀਜ਼ਾਂ ਲੈਂਦੇ ਹਾਂ ਫਿਲਹਾਲ, ਅਤੇ ਇੱਕ ਪਲਾਸ ਲੈ ਲੈਂਦੇ ਹਾਂਗੇ। ਇਹ ਤਿੰਨੋਂ ਚੀਜ਼ਾਂ ਲੈ ਲੈਂਦੇ ਹਾਂ, ਇਸਨੂੰ ਖੋਲ੍ਹ ਲੈਂਦੇ ਹਾਂ, ਫਲਿੱਪ ਨੂੰ ਖੋਲ੍ਹ ਲੈਂਦੇ ਹਾਂ। ਚਲੋ ਆਪਾਂ ਚੱਲਦੇ ਹਾਂ ਸਕੂਟਰੀ ਦੇ ਕੋਲ, ਆ ਤੁਸੀਂ ਦੇਖ ਸਕਦੇ ਹੋ ਫਰੰਟ ਸਾਈਡ ਤੋਂ ਕਿਸ ਤਰ੍ਹਾਂ ਹੀ ਦਿਖ ਰਹੀ ਆ। ਅਤੇ ਇਹ ਇਸਦੇ ਵਿੱਚ ਇੰਨਾ ਫਾਇਦਾ ਹੋ ਚੁੱਕਿਆ ਕਿ ਇਹ ਕਿਸੇ ਪਾਸੇ ਨੂੰ ਖਿੱਚ ਨਹੀਂ ਰਹੀ। ਚਲੋ ਆਪਾਂ ਇਸਦੇ ਖੋਲ੍ਹ ਦਿਆਂਗੇ, ਆ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਵੀ। ਚਲੋ ਇਸਨੂੰ ਆਪਾਂ ਖੋਲ੍ਹਦੇ ਹਾਂ, ਖੋਲ੍ਹਣ ਦੇ ਧੰਦੋ ਹੋਣੇ ਕਿ ਪ੍ਰਕਿਰਿਆ। ਆਹ ਤੁਸੀਂ ਦੇਖ ਸਕਦੇ ਹੋ ਆਪਣੇ ਕਵਰ ਖੋਲ੍ਹ ਲਿਆ, ਅਤੇ ਹੁਣ ਅਸੀਂ ਆਪਾਂ ਕੱਢਦੇ ਹਾਂ ਬਾਹਰ। ਬਾਹਰ ਕੱਢਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਹੁਣ ਅਸੀਂ ਆਪਾਂ ਖੋਲ੍ਹਦੇ ਹਾਂ ਇਹਦੇ ਨਟ ਬੋਲਟ ਵਗੈਰਾ ਸਾਰੇ। ਆਪਾਂ ਚੱਲਦੇ ਹਾਂ ਮਰੇਕੋਟਲਾ ਸ਼ਹਿਰ ਨੂੰ। ਚਲੋ ਇੱਕ ਤਾਂ ਇਹਦੀ ਆਪਾਂ ਇਨਰ ਲਿਖਣੀ, ਆਹ ਵਾਲੀ ਇਨਰ, ਇਹਨੂੰ ਇਨਰ ਕਹਿੰਦੇ ਨੇਗੇ। ਅਤੇ ਇੱਕ ਇਸਦੀ ਆਪਾਂ ਆਹ ਦੇਖਦੇ ਹਾਂ ਕਿ ਇਸਦਾ ਕੀ ਬਣਦਾ ਗਾ, ਪ੍ਰਿੰਟਰ ਕੋਲ ਜਾ ਕੇ ਕੀ ਬਣਦਾ, ਪ੍ਰਿੰਟਰ ਕਰੂ ਕਰ ਪਾਉਂਦਾ ਕੁਛ ਕਿ ਨਹੀਂ। ਅਤੇ ਆਪਾਂ ਲੈ ਕੇ ਚੱਲਦੇ ਹਾਂ ਇਹਨੂੰ ਪ੍ਰਿੰਟਰ ਦੇ ਕੋਲ। ਚਲੋ ਆਪਾਂ ਚੱਲਦੇ ਹਾਂ ਬਾਈਕ ਦੇ ਉੱਤੇ, ਚਲੋ ਤੁਹਾਨੂੰ ਦਿਖਾਉਂਦੇ ਹਾਂ ਫਿਰ ਪ੍ਰਿੰਟਰ ਕੋਲ ਜਾ ਕੇ ਪ੍ਰਿੰਟਰ ਤੋਂ ਪੁੱਛਦੇ ਹਾਂ ਕੀ ਕਹਿੰਦਾ ਗਾ, ਹੋ ਜੂ ਜਾਂ ਨਹੀਂ ਹੁੰਦੀ। ਜੇ ਹੋ ਚੁੱਕੀ ਤਾਂ ਆਪਣਾ ਸਭ ਤੋਂ ਵਧੀਆ ਗੱਲ ਆ, ਅਤੇ ਨਹੀਂ ਆਪਾਂ ਨਵੀਂ ਦਾ ਪਤਾ ਕਰਾਂਗੇ ਕੀ ਰੇਟ ਆ ਇਹਦਾ। ਹਾਂਜੀ ਦੋਸਤ ਲੋ, ਤਾਂ ਜਿਸ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਫਲਿੱਪ ਆ ਤੁਸੀਂ ਦੇਖ ਸਕਦੇ ਹੋ, ਫਲਿੱਪ ਮੇਰੇ ਕੋਲ ਬੈਗ 'ਤੇ ਬੈਗ 'ਚ ਲੰਘ ਕੇ ਮੈਂ ਲੈ ਕੇ ਆ ਰਿਹਾ ਹੈਗਾ, ਪ੍ਰਿੰਟਰ ਦੇ ਕੋਲ ਜਾ ਰਿਹਾ ਹੈਗਾ, ਪ੍ਰਿੰਟਰ 'ਤੇ ਜਾ ਰਿਹਾ ਹੈਗਾ ਕਿ ਆਪਾਂ ਪ੍ਰਿੰਟਰ ਕੋਲ ਜਾ ਕੇ ਗੱਲ ਕਰ ਦੇਵਾਂਗੇ ਕੀ ਕਹਿੰਦਾ ਹੈਗਾ, ਪ੍ਰਿੰਟਰ ਨੂੰ ਪੁੱਛਦੇ ਹਾਂਗੇ ਆਪਾਂ, ਪੁੱਛਣ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਕਿ ਇਹਨੂੰ ਨਵੇਂ ਪਹੁੰਚ ਪੈਦਾ ਜਾਂ ਇਹ ਵੀ ਪੇਂਟ ਹੋ ਸਕਦੀ ਹੈਗੀ। ਚਲੋ ਆਪਾਂ ਲੈ ਕੇ ਚੱਲਦੇ ਹਾਂ ਪ੍ਰਿੰਟਰ ਦੇ ਕੋਲ, ਚੱਲ ਗਏ ਆਪਾਂ ਗੱਲਬਾਤ ਕਰਦੇ ਹਾਂ ਪ੍ਰਿੰਟਰ ਦੇ ਨਾਲ। ਪ੍ਰਿੰਟਰ ਦੇਖਦੇ ਹਾਂ ਕੀ ਕਹਿੰਦਾ ਹੈਗਾ। ਪ੍ਰਿੰਟਰ ਜੋ ਮੱਖਣ ਪ੍ਰਿੰਟਰ ਸੀਗਾ ਨਾ, ਉਹ ਆਪਣੇ ਮਰੇਕੋਟਲਾ ਦੇ ਇਸ ਸਾਈਡ 'ਤੇ ਆ ਚੁੱਕਿਆ ਹੈਗਾ, ਪੁੱਲ ਦੇ ਕ੍ਰੋਸ ਕਰਕੇ ਆ ਚੁੱਕਿਆ ਹੈਗਾ, ਪਹਿਲਾਂ ਪੁੱਲ ਤੋਂ ਪਾਲੀ ਸਾਈਡ 'ਤੇ ਹੁੰਦਾ ਸੀਗਾ। ਚਲੋ ਆਪਾਂ ਚੱਲਦੇ ਹਾਂਗੇ ਮੱਖਣ ਦੇ ਕੋਲ। ਕੱਲ੍ਹ ਵੀ ਆਇਆ ਸੀ, ਮਿਲਦੇ
ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇਹਦਾ ਪੇਂਟ ਵਗੈਰਾ ਹੋ ਕੇ ਆ ਚੁੱਕਿਆ ਹੈ ਅਤੇ ਇਹਦੀ ਆਪਾਂ ਹੁਣ ਆਪਾਂ ਇਨਰ ਬਦਲਣ ਦੀ ਕੋਸ਼ਿਸ਼ ਕਰ ਦੇਵਾਂਗੇ। ਇਹਦੀ ਇਨਰ ਬਦਲਣ ਦੇ ਲਈ ਤੁਹਾਨੂੰ ਪਤਾ ਹੀ ਹੈਗਾ ਜਿਸ ਤਰ੍ਹਾਂ ਆਪਾਂ ਨੇ ਦੂਸਰੀ ਸਾਈਡ ਤੋਂ ਖੋਲ੍ਹੇ ਸੀਗੇ ਉਸੇ ਤਰ੍ਹਾਂ ਇਸ ਦੇ ਆਪਾਂ ਨੂੰ ਇਸ ਸਾਈਡ ਦੇ ਬੋਲਟ ਖੋਲ੍ਹਣੇ ਪੈਣਗੇ। ਉਸਦੇ ਨਾਲ ਆਪਣੀ ਇਨਰ ਵਾਰ ਆ ਜਾਊਗੀ। ਇਨਰ ਵਾਰ ਆਉਣ ਤੋਂ ਬਾਅਦ ਆਪਾਂ ਨਿਊ ਇਨਰ ਨੂੰ ਇੰਸਟਾਲ ਕਰਦੇ ਹਾਂ। ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹਦੀ ਇਨਰ ਟੁੱਟੀ ਪਈ ਹੈਗੀ। ਇਨਰ ਲਗਾਉਂਦੇ ਹਾਂਗੇ। ਇਨਰ ਲਗਾਉਣ ਦੇ ਲਈ ਮੈਂ ਪਹਿਲਾਂ ਸਾਰੇ ਨਟਾਂ ਨੂੰ ਖੋਲ੍ਹ ਲਵਾਂ ਜਿਸ ਤਰ੍ਹਾਂ ਦੂਸਰੀ ਸਾਈਡ ਤੋਂ ਖੋਲ੍ਹਿਆ ਤੁਸੀਂ ਨੇ ਦੇਖਿਆ ਹੈਗਾ। ਅਤੇ ਇਹਨਾਂ ਨੂੰ ਆਪਾਂ ਨਟਾਂ ਨੂੰ ਖੋਲ੍ਹਣ ਤੋਂ ਬਾਅਦ ਨਟ ਲਗਾ ਖੋ ਜਾਣੀ ਕਿ ਇਨਰ ਕੱਸ ਕੇ ਦਿਖਾਉਣਾ ਤੁਹਾਨੂੰ ਨਵੀਂ ਨਿਊ ਇਨਰ। ਆਹ ਤੁਸੀਂ ਦੇਖ ਸਕਦੇ ਹੋ ਇਹਦੀ ਇਨਰ ਖੁੱਲ੍ਹ ਚੁੱਕੀ ਹੈਗੀ। ਇਨਰ ਖੋਲ੍ਹ ਕੇ ਆ ਰੱਖ ਦਿੱਤੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਆਹ ਬਈ ਇਨਰ। ਅਤੇ ਆ ਰਹੀ ਨਿਊ ਇਨਰ ਜੋ ਲਗਾਉਣੀ ਹੈ ਆਪਾਂ ਨੇ ਨਿਊ ਇਨਰ ਲਗਾਉਣੀ ਇਸ ਦੇ ਵਿੱਚ ਆਹ ਲਗਾਉਂਦੇ ਹਾਂਗੇ ਆਪਾਂ। ਲਗਾਉਣ ਦਾ ਸੇਮ ਤਰੀਕਾ ਹੈਗਾ ਜਿਸ ਤਰ੍ਹਾਂ ਆਪਾਂ ਕੱਢੀਏ ਉਸ ਤਰ੍ਹਾਂ ਆਪਾਂ ਇਸਨੂੰ ਲਗਾ ਦਿਆਂਗੇ। ਬਟ ਫਰਸ਼ ਦੇ ਨੀਚੇ ਆ ਜੂਗੀ ਆ ਤੁਸੀਂ ਦੇਖ ਸਕਦੇ ਹੋ ਫਰਸ਼ ਦੇ ਨੀਚੇ। ਮੈਂ ਫਰਸ਼ ਨਹੀਂ ਪੁੱਟਿਆ, ਫਰਸ਼ ਦੇ ਨੀਚੇ ਲਗਾ ਕੇ ਅਤੇ ਇਸਦੇ ਵਿੱਚ ਦੋ ਲੋਕ ਫਸ ਜਾਣਗੇ ਜੋ ਸਾਹਮਣੇ ਲੋਕ ਦਿਖਾਏ ਹੋਏ ਹੈਗੇ ਉਹਦੇ ਵਿੱਚ ਲੋਕ ਲੱਗ ਜਾਣਗੇ। ਚਲੋ ਆਪਾਂ ਇਨਰ ਲਗਾਉਂਦੇ ਹਾਂ। ਇਨਰ ਲਗਾਉਣ ਤੋਂ ਬਾਅਦ ਤਾਂ ਦਿਖਾਉਂਦੇ ਹਾਂ ਫਰੈਂਡ ਤਾਂ ਕਸਣ 'ਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਸੀ ਉਸਦੇ ਕਰਕੇ ਆਪਾਂ ਨੂੰ ਇਸਦਾ ਫਰਸ਼ ਵੀ ਓਪਨ ਕਰਨਾ ਪੈ ਚੁੱਕਿਆ ਹੈਗਾ। ਆਹ ਤੁਸੀਂ ਦੇਖ ਸਕਦੇ ਹੋ ਇਸਦਾ ਮੈਂ ਫਰਸ਼ ਵੀ ਓਪਨ ਕਰ ਲਿਆ ਕਿਉਂਕਿ ਇਹਦੀ ਨਾ ਜੋ ਆਪਣੇ ਨੀਚੇ ਆਉਣਾ ਗਾ ਕਵਰ ਜੋ ਨੀਚੇ ਸਾਈਡ 'ਤੇ ਆਉਣਾ ਗਾ ਉਸਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀਗੀ। ਇਹਦੇ ਕਰਕੇ ਆਪਾਂ ਨਾ ਇਹਦਾ ਕਵਰ ਜਾਣੀ ਕਿ ਹਟਾ ਲਿਆ ਗਾ, ਫਰਸ਼ ਹਟਾ ਲਿਆ। ਫਰਸ਼ ਹਟਾਉਣ ਤੋਂ ਬਾਅਦ ਇਸਦਾ ਆਪਾਂ ਲਗਾਉਂਦੇ ਹਾਂ ਕਵਰ ਲਗਾ ਦਿੰਦੇ ਹਾਂ ਕਿਉਂਕਿ ਕਵਰ ਦੇ ਨਟ ਨਾ ਆ ਜਗ੍ਹਾ 'ਤੇ ਆਉਣੇ ਸੀਗੇ ਦੋਨੋਂ। ਚਲੋ ਇਹਦਾ ਆਪਾਂ ਕਵਰ ਲਗਾਉਂਦੇ ਹਾਂ ਅਤੇ ਤੁਹਾਨੂੰ ਫੀਟਿੰਗ ਕਰਕੇ ਦਿਖਾਉਣਾ। ਪ੍ਰੋਪਰ ਫੀਟਿੰਗ ਹੋਣ ਤੋਂ ਬਾਅਦ ਮਿਲਦੇ ਹਾਂ ਵੀਡੀਓ ਦੇ ਵਿੱਚ। ਇਹਦੀ ਆਪਾਂ ਕਵਰ ਦੀ ਫੀਟਿੰਗ ਲਗਾ ਦਿੰਦੇ ਹਾਂਗੇ ਸਭ ਤੋਂ ਪਹਿਲਾਂ ਕਿਉਂਕਿ ਨਾ ਜੇ ਆਪਾਂ ਨੂੰ ਫਰਸ਼ ਨਾ ਪੱਟਦੇ ਤਾਂ ਆਪਣੇ ਆਹ ਨਟ ਸੈੱਟ ਨਹੀਂ ਦੀ ਬੈਠ ਰਹੇ। ਬਹੁਤ ਦਿੱਕਤ ਆ ਰਹੀ ਸੀਗੀ ਇਹ ਨਟਾਂ ਦੇ ਵਿੱਚ ਤਾਂ ਮੈਂ ਇਹਦਾ ਫਰਸ਼ ਪੱਟ ਲਿਆ ਹੈਗਾ। ਫਰਸ਼ ਦੇ ਚਾਰ ਨਟ ਜਾਣੀ ਕਿ ਸਾਈਡ 'ਤੇ ਲੱਗੇ ਹੁੰਦੇ ਨੇ ਅਤੇ ਦੋ ਪਿਛਲੀ ਸਾੜੀ ਗਾਲ ਲੱਗੇ ਹੁੰਦੇ ਨੇ ਅਤੇ ਇੱਕ ਸੈਂਟਰ ਦੇ ਵਿੱਚ ਨਟ ਲੱਗਿਆ ਹੁੰਦਾ। ਇਸ ਤਰ੍ਹਾਂ ਫਰਸ਼ ਇਸਦਾ ਕਸਿਆ ਹੁੰਦਾ ਹੈਗਾ। ਚਲੋ ਆਪਾਂ ਫਰਸ਼ ਨੂੰ ਤਾਂ ਖੋਲ੍ਹਿਆ। ਚਲੋ ਆਪਾਂ ਲਗਾਉਂਦੇ ਹਾਂ ਇਸਦਾ ਜਾਣੀ ਕਿ ਇਨਰ ਸਾਈਡ ਲਗਾਉਂਦੇ ਹਾਂ। ਇਨਰ ਸਾਈਡ ਲਗਾਉਣ ਤੋਂ ਬਾਅਦ ਤੁਹਾਨੂੰ ਹਾਂਜੀ ਦੋਸਤੋ ਤਾਂ ਜਿਹੜੀ ਆਪਣੇ ਕੋਲ ਸਕੂਟਰੀ ਐਕਸੀਡੈਂਟ ਹੋ ਕੇ ਆਈ ਸੀ ਆ ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ ਆਪਣੇ ਕੋਲ ਪ੍ਰੋਪਰ ਤਿਆਰ ਹੋ ਚੁੱਕੀ ਹੈ। ਇਸ ਸਾਈਡ 'ਤੇ ਬਲ ਪਿਆ ਸੀਗਾ, ਤੁਸੀਂ ਦੇਖ ਸਕਦੇ ਹੋ ਕਿ ਹੁਣ ਬਲ ਬਿਲਕੁਲ ਸਿੱਧਾ ਗਾ ਅਤੇ ਇਸ ਦੀ ਵਗੈਰਾ ਵਗੈਰਾ ਮੈਂ ਕੱਸ ਦਿੱਤੀ ਗਈ ਆ ਕਿ ਸਕੂਟਰੀ ਕੱਸ ਦਿੱਤੀ ਗਈ ਆ ਅਤੇ ਉਸ ਤੋਂ ਬਾਅਦ ਇਸਨੂੰ ਪ੍ਰੋਪਰ ਤਿਆਰ ਕਰ ਲਿਆ ਗਿਆ ਗਾ ਅਤੇ ਇਸਦੀ ਟਰਾਈ ਆਪਾਂ ਕਰ ਦਿਆਂਗੇ। ਠੀਕ ਹੈ ਅਤੇ ਇਸਦੀ ਆ ਬੈਕ ਕਵਰ ਵੀ ਨਵੀਂ ਪਾ ਦਿੱਤੀ ਗਈ ਆ ਅਤੇ ਬਾਕੀ ਸਾਰਾ ਜਾਣੀ ਕਿ ਕੰਪਲੀਟ ਕਰ ਲਈ ਸਕੂਟਰੀ ਆਪਾਂ ਨੇ। ਸਕੂਟਰੀ ਕੰਪਲੀਟ ਕਰਨ ਤੋਂ ਬਾਅਦ ਇਸਦੀ ਆਪਾਂ ਕਰ ਦਿਆਂਗੇ ਟਰਾਇਲ। ਟਰਾਇਲ ਕਰਨ ਤੋਂ ਬਾਅਦ ਤੁਹਾਨੂੰ ਦੱਸ ਦਿੰਦੇ ਵੀ ਕੀ ਪਰਫੋਰਮੈਂਸ ਦਿੰਦੀ ਹੈਗੀ। ਚਲੋ ਇਸਦਾ ਆਪਾਂ ਸਭ ਤੋਂ ਪਹਿਲਾਂ ਇਹਦਾ ਧਰੀਏ ਮੈਲਟ ਆ ਰਿਹਾ ਇਸਦਾ ਮੈਟ ਮੈਟ ਧਰ ਦਿਆਂਗੇ। ਚਲੋ ਜੀ ਮੈਟ ਆਪਣੇ ਧਰ ਲਿਆ ਗਾ, ਹੁਣ ਇਸਦੀ ਆਪਾਂ ਕਰ ਦਿਆਂਗੇ ਟਰਾਈ।